ਤੇ ਅਸੀਂ ਇਸ ਤਰ੍ਹਾਂ ਪੜ੍ਹਨੇ ਜਨਾਬ ਕਿ ਤਹਿਰੀਰ ਜਿਹੜੀ ਇਹਨਾਂ ਲਿਖੀ ਇਹ ਜਨਾਬ ਉੱਪਰ ਲਿਖਿਆ ਮਕਬਰਾ ਏ ਨੂਰ ਜਹਾਂ ਮਹਿਰੋ ਨਸਾ ਉਹਨਾਂ ਦਾ ਨਾਂ ਸੀ ਤੇ ਮੁਗਲ ਹੁਕਮਰਾਨ ਜਹਾਂਗੀਰ ਦੇ ਜਨਾਬ ਬੜੇ ਉੱਠੇ ਬੈਠ ਕੇ ਜਨਾਬ ਅਸੀਂ ਪੀਂਦੇ ਹਾਂ ਕੋਲਡ ਡਰਿੰਕ ਜਿਹੜੀ ਲੈ ਕੇ ਆਏ ਹਾਂ ਠੰਡੀ ਠੰਡੀ ਹਾਜੀ ਸਾਹਿਬ ਕਿੱਥੋਂ ਦੀ ਜਾਣਾ ਜੀ ਜਗ੍ਹਾ ਕੋਈ ਨਹੀਂ ਜਾਣ ਦੀ ਆਜਾ ਧਿਆਨ ਨਾਲ ਧਿਆਨ ਨਾਲ ਧਿਆਨ ਧਿਆਨ ਆ ਕੁਰਮ ਸਾਹਿਬ ਆ ਜਾਓ ਬੜਾ ਮਜ਼ਾ ਜਿਹੜਾ ਹੈ ਨਾ ਉਹ ਆ ਰਿਹਾ ਤੇ ਪਿੱਛੇ ਵੀ ਤੁਸੀਂ ਵੇਖ ਸਕਦੇ ਹੋ ਬੜਾ ਖੂਬਸੂਰਤ ਮਾਹੌਲ ਨਜ਼ਰ ਆਉਣ ਡਿਆ ਹਰ ਤਰਫ ਬੈਂਚ ਜਿਹੜੇ ਨੇ ਉਹ ਜਨਾਬ ਸਿਟਿੰਗ ਵਾਸਤੇ ਰੱਖੇ ਨੇ ਖੂਬਸੂਰਤੀ ਆਹਾ ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਠੀਕ ਹੋ ਮੈਂ ਜੀ ਤੁਹਾਡਾ ਦੋਸਤ ਸੁਲਤਾਨ ਸ਼ੇਖ ਪੰਜਾਬ ਦੇ ਖੂਬਸੂਰਤ ਸੰਤੀ ਸ਼ਹਿਰ ਸਿਆਲਕੋਟ ਤੋਂ ਅਤੇ ਇਸ ਵੇਲੇ ਜਨਾਬ ਮੈਂ ਮੌਜੂਦ ਹਾਂ ਜ਼ਿੰਦਾ ਦਰਾਨੇ ਲਾਹੌਰ ਦੇ ਸ਼ਹਿਰ ਦੇ ਅੰਦਰ ਅਤੇ ਜਿਹੜੀ ਜਗ੍ਹਾ ਵੇ ਇਹ ਵੇ ਜਨਾਬ ਮਲਕਾ ਨੂਰ ਜਹਾਨ ਦਾ ਜਨਾਬ ਮਕਬਰਾ ਅਤੇ ਬੜਾ ਖੂਬਸੂਰਤ ਪੁਰਸਕੂਨ ਮਾਹੌਲ ਹੈ ਹਰ ਤਰਫ ਜਨਾਬ ਹਰਿਆਲੀ ਔਰ ਇਹ ਮਕਬਰਾ ਜਿਹੜਾ ਜਨਾਬ ਜਿਹੜਾ ਇਹਨੂੰ ਤਮੀਰ ਕਰਨ ਵਾਲੇ ਸਨ ਮੁਖਤਲਿਫ ਜਿਹੜੀਆਂ ਨਾ ਇਹਦੀਆਂ ਤਹਿਰੀਰਾਂ ਮਿਲਦੀਆਂ ਨੇ ਅਤੇ ਅਸੀਂ ਇਸ ਤਰ੍ਹਾਂ ਪੜ੍ਹਨੇ ਜਨਾਬ ਕਿ ਤਹਿਰੀਰ ਜਿਹੜੀ ਇਹਨਾਂ ਲਿਖੀ ਇਹ ਜਨਾਬ ਉੱਪਰ ਲਿਖਿਆ ਮਕਬਰਾ ਏ ਨੂਰ ਜਹਾਂ ਮਹਿਰੋ ਨਸਾ ਉਹਨਾਂ ਦਾ ਨਾਂ ਸੀ ਅਤੇ ਮੁਗਲ ਹੁਕਮਰਾਨ ਜਹਾਂਗੀਰ ਦੇ ਜਨਾਬ ਬੜੇ ਚਹੇਤੇ ਜਿਹੜੇ ਸੀ ਨਾ ਉਹ ਬੀਵੀ ਸੀ 1645 ਤੋਂ 72 ਸਾਲ ਦੀ ਉਮਰ ਦੇ ਵਿੱਚ ਉਹਨੇ ਵਫਾਤ ਪਾਈ ਉਹਦੀ ਯਾਦ ਦੇ ਵਿੱਚ ਜਨਾਬ ਇਹਨੂੰ ਜਿਹੜਾ ਨਾ ਤਮੀਰ ਕੀਤਾ ਗਿਆ ਅਤੇ ਬੜੀ ਲੰਮੀ ਚੌੜੀ ਤਫਸੀਰ ਅਸੀਂ ਉਸ ਤਫਸੀਲ ਦੇ ਵਿੱਚ ਨਹੀਂ ਜਾਵਾਂਗੇ ਮਕਬਰੇ ਦਾ ਜਿਹੜਾ ਮੌਜੂਦਾ ਮਰਕਜ਼ੀ ਹਿੱਸਾ ਸੰਗੇਮਰਮਰ ਦੇ ਨਾਲ ਮਜ਼ੈਨ ਫਰਸ਼ ਜਨਾਬ ਉਸ ਤੋਂ ਬਾਅਦ ਜੇ ਚਬੂਤਰੇ ਇੱਥੇ ਚਬੂਤਰਿਆਂ 'ਤੇ ਮੁਸ਼ਤਮਿਲ ਦੋ ਕਬਰਾਂ ਨੇ ਇੱਕ ਮਲਕਾ ਨੂਰ ਜਹਾਂ ਦੀ ਦੂਸਰੇ ਦੀ ਲਾਡਲੀ ਬੇਗਮ ਦੀ 1912 ਦੇ ਵਿੱਚ ਦਿੱਲੀ ਦੇ ਹਕੀਮ ਅਜਮਲ ਖਾਨ ਨੇ ਬਣਵਾਇਆ ਸੀ ਅਤੇ ਕਿਆ ਬਾਤ ਹੈ ਜਨਾਬ ਇਹ ਸਾਹਮਣੇ ਉਹਦੀ ਪਿਕਚਰ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਅਤੇ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਆ ਜਾਓ ਜੀ ਆ ਜਾਓ ਛੋਟਾ ਜਿਹਾ ਵੀ ਫੈਮਿਲੀ ਪਾਰਕ ਤੁਸੀਂ ਕਹਿ ਸਕਦੇ ਹੋ ਬੜਾ ਖੂਬਸੂਰਤ ਹੈ ਜਨਾਬ ਸਿਟਿੰਗ ਵਾਸਤੇ ਜਿਹੜਾ ਨਾ ਲੋਕਾਂ ਵਾਸਤੇ ਬੈਂਚ ਲੱਗੇ ਨੇ ਬੜੇ ਖੂਬਸੂਰਤ ਜਨਾਬ ਛਤੜੀਆਂ ਬਣੀਆਂ ਨੇ ਇਸ ਤਰਫ ਤੁਸੀਂ ਦੇਖ ਸਕਦੇ ਹੋ ਅਤੇ ਖੁਰਮ ਸਾਹਿਬ ਜਨਾਬ ਮਗਨ ਨੇ ਨੂਰ ਜਹਾਨ ਦੀ ਜਿਹੜੀ ਨਾ ਹਿਸਟਰੀ ਪੜ੍ਹਨ ਵਾਸਤੇ ਹਾਜੀ ਸਾਹਿਬ ਕੈਸਾ ਹੈ ਉੱਧਰ ਬੈਠ ਜੀ ਚਲੋ ਜਨਾਬ ਉੱਧਰ ਚੱਲਦੇ ਹਾਂ ਉੱਥੇ ਬੈਠ ਕੇ ਜਨਾਬ ਅਸੀਂ ਪੀਂਦੇ ਹਾਂ ਕੋਲਡ ਡਰਿੰਕ ਜਿਹੜੀ ਲੈ ਕੇ ਆਏ ਹਾਂ ਠੰਡੀ ਠੰਡੀ ਹਾਜੀ ਸਾਹਿਬ ਕਿੱਥੋਂ ਦੀ ਜਾਣਾ ਜੀ ਜਗ੍ਹਾ ਕੋਈ ਨਹੀਂ ਜਾਣ ਦੀ ਆਜਾ ਧਿਆਨ ਨਾਲ ਧਿਆਨ ਨਾਲ ਧਿਆਨ ਧਿਆਨ ਆ ਕੁਰਮ ਸਾਹਿਬ ਆ ਜਾਓ ਲਓ ਜੀ ਉਹ ਉੱਥੇ ਅਸੀਂ ਬੈਠਾਂਗੇ ਇਸ ਤਰਫ ਅਤੇ ਉੱਥੇ ਪੀਆਂਗੇ ਜਨਾਬ ਬੋਤਲ ਆ ਜਾਓ ਸਾਰਾ ਇੱਕ ਜਿਹਾ ਸਹੀ ਹੈ ਹਾਂ ਉਸ ਤਰਫ ਤੋਂ ਆ ਜਾਓ ਉੱਧਰੋਂ ਸਾਫ਼ ਹੈ ਉਹ ਉੱਧਰੋਂ ਦੀ ਰਸਾ ਸੀੜੀਆਂ ਵੀ ਬਣੀਆਂ ਜੇ ਬੜੇ ਜਨਾਬ ਖੂਬਸੂਰਤ ਜਿਹੜੇ ਨੇ ਨਾ
ਦਰਖਤ ਲੱਗਣ ਡੇ ਨੇ, ਕਿਆ ਬਾਤ ਹੈ। ਲਾਹੌਰ ਨੂੰ ਜਨਾਬ ਲਾਹੌਰ ਦੀ ਮੈਨੇਜਮੈਂਟ ਕਮੇਟੀ ਨੇ ਖੂਬਸੂਰਤ ਬਣਾਇਆ, ਕੋਈ ਸ਼ੱਕ ਨਹੀਂ ਛੱਡਿਆ। ਅਤੇ ਇਹ ਖੂਬਸੂਰਤ ਤੁਹਾਨੂੰ ਗਲਹਿਰੀ ਹਾਜੀ ਸਾਹਿਬ ਨਹੀਂ ਫੜਿਆ ਜਾਣਾ, ਚੜ੍ਹ ਗਿਆ ਜੇ, ਉੱਪਰ ਚੜ੍ਹ ਗਿਆ। ਹਾਜੀ ਸਾਹਿਬ ਆਓ ਜੀ, ਇਹਨਾਂ ਨੂੰ ਫੜੋ, ਆਓ ਵੇਖੋ ਵਿੱਚ, ਉਹ ਉੱਪਰ, ਉਹ ਦੂਸਰੀ ਤਰਫ। ਹਾਜੀ ਵੋ ਦੇਖੋ ਇੱਕ ਗੱਲ, ਕਿਆ ਬਾਤ ਹੈ ਜੀ। ਚਲੋ ਜੀ ਆਜੋ, ਉੱਥੇ ਬੈਠੀਏ, ਪਾਣੀ ਪੀਏ, ਅਤੇ ਫਿਰ ਜਨਾਬ ਥੋੜ੍ਹੀ ਸਾਰੀ ਅੱਗੇ ਸੈਰ ਕਰਨੇ ਆ, ਅਤੇ ਫਿਰ ਜਨਾਬ ਅਸੀਂ ਲਾਂਗੇ ਵਾਪਸੀ ਦਾ ਰਸਤਾ। ਉਹ ਟ੍ਰੇਨ ਜਾਣ ਦੀ ਜੀ ਦੇਖ ਸਕਦੇ ਹੋ, ਕਿਆ ਬਾਤ ਹੈ, ਟ੍ਰੇਨ ਵੀ ਤੁਹਾਨੂੰ ਦਿਖਾ ਦਿੱਤੀ ਹੈ। ਖੁਸ਼ ਹੋਇਓ, ਖੁਸ਼ ਹੋਇਓ, ਇਹ ਟ੍ਰੇਨ ਗੁਜ਼ਰ ਰਹੀ ਜੀ, ਇੱਥੇ ਬੈਠਾਂਗੇ, ਪਾਣੀ ਪੀਵਾਂਗੇ। ਉਹ ਵੀ ਕਿਸੇ ਬੋਤਲ ਪੀ ਕੇ ਛੱਡ ਛੱਡੀ ਹੈ ਜਨਾਬ, ਨਹੀਂ ਪੀਤੀ ਗਈ, ਉੱਥੇ ਛੱਡ ਗਏ ਨੇ ਕਿ ਕੁਆਏਗਾ ਤਾਂ ਪੀ ਲਏਗਾ। ਚਲੋ ਜੀ ਹਾਜੀ ਸਾਹਿਬ ਪਾਓ ਪਾਣੀ। ਹਾਜੀ ਹਾਦੀ ਸਾਹਿਬ ਨੇ ਕੋਲਡ ਡਰਿੰਕ ਪਾ ਦਿੱਤੀ ਹੈ ਅਤੇ ਅਸੀਂ ਇਹਨੂੰ ਪੀਂਦੇ ਹਾਂ। ਮਾਮੋ ਆਪਣੇ ਕੋਲ ਵੀ ਦਿਓ। ਖੁਰਮ ਸਾਹਿਬ ਗਰਮੀ ਵੀ ਕਾਫੀ ਵੈਸੇ ਹੈਗੀ ਹੈ। ਹਾਂ ਬਸ ਬੜੀ ਹੈ, ਹਾਂਜੀ ਮਜ਼ਾ ਆਇਆ ਜੀ, ਫੁੱਲ ਇੰਜੋਏ ਕੀਤਾ ਹੈ। ਇਨਸ਼ਾਅੱਲਾ ਨੈਕਸਟ ਵਲੌਗ ਜਿਹੜਾ ਅਸੀਂ ਬਣਾਵਾਂਗੇ ਨਾ, ਉਹ ਚੱਲਾਂਗੇ ਜਨਾਬ ਰੇਸ ਕੋਰਸ, ਰੇਸ ਕੋਰਸ ਚੱਲਾਂਗੇ, ਔਰ ਉਸ ਤੋਂ ਇਲਾਵਾ ਬੋਟੈਨੀਕਲ ਗਾਰਡਨ ਜਿਹੜਾ ਨਾ ਉਹ ਪਾ, ਹਾਂ ਨਾ ਨਹੀਂ ਵੈਸੇ ਉਸਕਾ ਨਾਮ ਹੈ ਰੇਸ ਕੋਰਸ, ਉਧਰ ਚਲੇਂਗੇ, ਠੀਕ ਹੈ, ਉਧਰ ਮਜ਼ਾ ਆਏਗਾ। ਸਾਡੇ ਨਾਲ ਜੇ ਇੱਕ ਹੱਥ ਹੋ ਗਿਆ, ਉਹ ਹੱਥ ਐਸਾ ਦਾ ਹੋਇਆ ਕਿ ਅਸੀਂ ਪਹਿਲਾਂ ਪਿਛਲੀ ਪਾਰਕ 'ਚ ਗਏ ਹਾਂ ਮਕਬਰਾ ਜਹਾਂਗੀਰ ਦੇ ਅੰਦਰ, ਅਤੇ ਉੱਥੋਂ ਜਿਹੜੀ ਟਿਕਟ ਲੈਣੀ ਸੀ ਨਾ ਉਹੀ ਟਿਕਟ ਇੱਥੇ ਚੱਲਦੀ ਸੀ, ਅਤੇ ਉਹ ਟਿਕਟ ਜਿਹੜੀ ਇਹ ਜਨਾਬ ਉਹ ਅਸੀਂ ਸੁੱਟ ਆਏ, ਅਤੇ ਉਹ ਬਾਹਰ ਦਰਵਾਜ਼ੇ 'ਤੇ ਤਰੀਰ ਲਿਖੀ ਕਿ ਜਿੰਨਾ ਕੋਲ ਪਿਛਲੇ ਗਾਰਡਨ ਦੀ ਟਿਕਟ ਹੈ ਨਾ ਇੱਥੇ ਉਹੀ ਚੱਲ ਸਕਦੀ, ਅਤੇ ਉਹ ਸਾਡੇ ਕੋਲ ਨਿਕਲੀ ਨਾ, ਥੋੜ੍ਹੇ ਅੱਗੇ ਆਇਆ ਜਨਾਬ ਉਹ ਵੀ ਸਾਡੇ ਕੋਲ ਨਿਕਲ ਆਈ, ਅਤੇ ਉਹਨਾਂ ਕਿਹਾ ਜੀ ਹੁਣ ਤੁਹਾਡਾ ਡੇਟਾ ਚੜ੍ਹ ਗਿਆ, ਹੁਣ ਨਹੀਂ ਤੁਹਾਨੂੰ ਟਿਕਟ ਵਾਪਸ ਮਿਲ ਸਕਦੀ। ਅਸੀਂ ਕਿਹਾ ਠੀਕ ਹੈ ਜਨਾਬ, ਲੇਕਿਨ ਜ਼ਿਆਦਾ ਟਿਕਟ ਨਹੀਂ, 20 ਰੁਪਏ ਇੱਕ ਪਰਸਨ ਦੇਣੇ ਜੀ। ਹਾਂਜੀ ਹਾਦੀ ਸਾਹਿਬ ਕੀ ਕਰ ਰਹੇ ਹੋ, ਕੀ ਕਰ ਰਹੇ ਹੋ, ਗੁਲਹਿਰੀ ਗੁਲਹਿਰੀ ਜਨਾਬ ਉੱਤੇ ਚਲਾ ਗਿਆ, ਗੁਲਹਿਰੀ 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 ਨੂੰ ਢੇ ਉਹ ਵੀ ਬੜਾ ਸਿਆਣਾ ਹੈ, ਉਹ ਨਹੀਂ ਐਡੀ ਜਲਦੀ ਹੱਥ ਆਉਂਦਾ ਜਨਾਬ। ਚਲੀਏ ਖੁਰਮ ਸਾਹਿਬ ਆਜੋ ਜਨਾਬ, ਇੱਧਰ ਨੂੰ ਚੱਲਦੇ ਹਾਂ ਜੀ, ਐਡੀ ਜਲਦੀ ਆਜੋ, ਥੱਕ ਗਏ ਹੋ, ਚਲੋ ਫਿਰ। ਲਾਹੌਰ ਦੇ ਵਿੱਚ ਅਗਰ ਕਹੀਏ ਨਾ ਕਿ ਕੋਈ ਵੀ ਛੋਟੀ ਤੋਂ ਛੋਟੀ ਪਾਰਕ 15-20 ਏਕੜ ਤੋਂ ਛੋਟੀ ਹੋਏ ਤਾਂ ਉਹ ਨਾਮੁਮਕਿਨ ਹੈ ਜੀ। ਮਾਸ਼ਾਅੱਲਾ ਇਹ ਸਿਰਫ ਮਲਕਾ ਨੂਰ ਜਹਾਨ ਦੇ ਜਨਾਬ ਯਾਦ ਦੇ ਵਿੱਚ ਇਹ ਛੋਟਾ ਜਿਹਾ ਇੱਕ ਮਕਬਰਾ ਜਿਹੜਾ ਹੈ ਨਾ ਤਮੀਰ ਕੀਤਾ ਗਿਆ ਸੀ, ਅਤੇ ਇਹ ਵੀ ਮਾਸ਼ਾਅੱਲਾ ਬੜਾ ਵਸੀ ਹੋ ਰੀਜ਼ ਹੈ, ਬਹੁਤ ਬੜੇ ਰਕਬੇ 'ਤੇ ਜਿਹੜਾ ਨਾ ਇਹ ਮੁਸ਼ਤਮਲ ਅਤੇ ਖੂਬਸੂਰਤੀ ਮਾਸ਼ਾਅੱਲਾ ਅਖੀਰ। ਅਤੇ ਉਹ ਅੱਗੇ ਜਨਾਬ ਬੜਾ ਖੂਬਸੂਰਤ ਚਬੂਤਰਾ ਜਿਹੜਾ ਨਾ ਉਹ ਬਣਾਇਆ ਗਿਆ ਖੁਰਮ ਭਾਈ, ਉਹ ਵੀ ਮਕਬਰਾ ਹੀ ਨਾ, ਹਾਂਜੀ ਮੈਂ ਉੱਥੇ ਨੂਰ ਜਹਾਨ ਦੀ ਕਬਰ ਹੋਏਗੀ, ਹਾਂਜੀ ਨੂਰ ਜਹਾਨ ਦੀ ਉਹਦੀ ਬੇਟੀ, ਮੁਗਲਾਂ ਨੇ ਜਿਹੜਾ ਨਾ
ਆਪਣੇ ਬੜੇ ਨਕਸ਼ ਜਿਹੜੇ ਨੇ ਨਾ ਉਹ ਬਰਸਗੀਰ ਪਾਕੋ ਹਿੰਦ ਵਿੱਚ ਛੋੜੇ ਨੇ, ਬੜੀਆਂ ਯਾਦਾਂ ਨੇ। ਔਰ ਮੁਗਲਾਂ ਨੂੰ ਜਿਹੜੀ ਦਿਲਚਸਪੀ ਸੀ ਨੀ ਉਹ ਸਿਰਫ ਜਨਾਬ ਮਹਿਲ ਬਣਾਉਣ 'ਤੇ ਵਸੀ ਹੋ ਰਹੀ ਜਨਾਬ ਆਪਣਾ ਤਾਜ ਮਹਿਲ ਹੋ ਗਏ, ਫਿਰ ਉਸ ਤੋਂ ਬਾਅਦ ਜਨਾਬ ਗਾਰਡਨ ਹੋ ਗਏ, ਅਤੇ ਤਮੀਰੋ ਤਰੱਕੀ ਦੇ ਵਿੱਚ ਵੀ ਜਨਾਬ ਮੁਗਲਾਂ ਨੇ ਬੜੀ ਤਰੱਕੀ ਕੀਤੀ ਸੀ, ਇਸ ਹਵਾਲੇ ਨਾਲ ਵੀ ਕੋਈ ਸ਼ੱਕ ਨਹੀਂ। ਅਤੇ ਦੇਖ ਸਕਦੇ ਹੋ ਜਨਾਬ ਇੱਧਰ ਵੀ ਕਿੰਨਾ ਖੂਬਸੂਰਤ ਜਿਹੜਾ ਨਾ ਮਾਹੌਲ ਹੈ ਜੀ। ਉਹ ਉੱਧਰ ਫੈਂਕੋ ਹੈ ਜੀ, ਮਾਸ਼ਾਅੱਲਾ ਖੂਬਸੂਰਤ ਚਬੂਤਰਾ ਜਿਹੜਾ ਬਣਾਇਆ ਹੈ। ਉਹ ਸੈਂਟਰ ਦੇ ਵਿੱਚ ਜਨਾਬ ਕਬਰ ਹੈ ਜੀ, ਫੈਂਕ ਦਿਓ ਡਸਟਬਿਨ ਮੈਂ। ਮਾਸ਼ਾਅੱਲਾ ਜੀ ਬੜਾ ਮਜ਼ਾ ਜਿਹੜਾ ਹੈ ਨਾ ਉਹ ਆ ਰਿਹਾ, ਅਤੇ ਪਿੱਛੇ ਵੀ ਤੁਸੀਂ ਵੇਖ ਸਕਦੇ ਹੋ ਬੜਾ ਖੂਬਸੂਰਤ ਮਾਹੌਲ ਨਜ਼ਰ ਆਉਣ ਡਿਆ। ਹਰ ਤਰਫ ਬੈਂਚ ਜਿਹੜੇ ਨੇ ਉਹ ਜਨਾਬ ਸਿਟਿੰਗ ਵਾਸਤੇ ਰੱਖੇ ਨੇ, ਖੂਬਸੂਰਤੀ ਕਿਆ ਬਾਤ ਹੈ ਜਨਾਬ। ਬੜਾ ਲਾਹੌਰ ਕਮੇਟੀ ਜਿਹੜੀ ਹੈ ਨਾ ਇਹਨਾਂ ਜਗ੍ਹਾ 'ਤੇ ਬਹੁਤ ਜ਼ਿਆਦਾ ਜਿਹੜਾ ਨਾ ਪੈਸਾ ਇਨਵੈਸਟ ਕਰਦੀ, ਅਤੇ ਲੋਕ ਬੜੀ ਖੁਸ਼ੀ ਦੇ ਨਾਲ ਆਉਂਦੇ ਨੇ, ਅਤੇ ਫਿਰ ਹੱਕ ਵੀ ਬਣਦਾ ਜੀ ਉਹਨਾਂ ਦਾ ਟਿਕਟ ਲੈਣਾ, ਤਾਂ ਕਿ ਕੁਛ ਨਾ ਕੁਛ ਰੈਵਨਿਊ ਜਿਹੜਾ ਨਾ ਉਹ ਮਹਿਕਮੇ ਨੂੰ ਜ਼ਰੂਰ ਜਾਏ। ਅਤੇ ਚੱਲ ਜੀ ਹੁਣ ਅੰਦਰ ਜਾ ਕੇ ਤੁਹਾਨੂੰ ਮਲਕਾ ਨੂਰ ਜਹਾਨ ਦੀ ਜਿਹੜੀ ਹੈ ਉਹ ਜਨਾਬ ਆਖਰੀ ਆਰਾਮਗਾਹ ਤੁਹਾਨੂੰ ਦਿਖਾਉਂਦੇ ਹਾਂ। ਆ ਜਾਓ ਜੀ, ਕਿਆ ਬਾਤ ਹੈ ਜੀ। ਹੈ ਜਨਾਬ ਮਲਕਾ ਨੂਰ ਜਹਾਨ ਅਤੇ ਉਹਨਾਂ ਦੀ ਬੇਟੀ ਜਿਹੜੀ ਹੈ ਨਾ, ਇਹ ਜਨਾਬ ਉਹਨਾਂ ਦੀ ਆਖਰੀ ਆਰਾਮਗਾਹ ਹੈ। ਜਹਾਂਗੀਰ ਬਾਦਸ਼ਾਹ ਉਸ ਤਰਫ ਹੈ ਅਤੇ ਮਲਕਾ ਜਿਹੜੀ ਹੈ ਉਹ ਇਸ ਤਰਫ ਹੈ। ਅਤੇ ਦੇਖ ਸਕਦੇ ਬੜੀ ਪੁਰਾਣੀ ਜਿਹੜੀ ਹੈ ਨਾ ਇਹ ਜੀ ਇਮਾਰਤ ਹੈ, ਵਸੀ ਹੋ ਰਹੀ ਜਨਾਬ, ਇਹਨੂੰ ਵੀ ਜਗ੍ਹਾ ਨਾਲ ਤਮੀਰ ਕੀਤਾ ਗਿਆ। ਅਤੇ ਚੱਲਦੇ ਹੁਣ ਅਸੀਂ ਬਾਹਰ ਦੀ ਤਰਫ। ਇਹਦੇ ਨਾਲ ਜੀ ਮੇਰੀ ਅੱਜ ਦੀ ਵੀਡੀਓ ਹੋ ਗਈ ਮੁਕੰਮਲ। ਅਗਰ ਵੀਡੀਓ ਲੱਗੇ ਅੱਛੀ ਤਾਂ ਵੀਡੀਓ ਨੇ ਇੱਕ ਲਾਈਕ ਕਰ ਦੇਣਾ, ਔਰ ਜੇ ਦੋਸਤ ਮੇਰੇ ਚੈਨਲ 'ਤੇ ਨਹੀਂ ਨੇ ਉਹ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕੋਨ 'ਤੇ ਪ੍ਰੈਸ ਕਰ ਦਿਓ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਬਰ ਵਕਤ ਪਹੁੰਚਦਾ ਰਹੇ। ਮੈਨੂੰ ਦਵੋ ਇਜਾਜ਼ਤ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼।